ਰਹੀ ਹੈ। ਸਰ ਸਾਰੇ ਸਰ ਜੀ ਵੀਰਾਂ ਵੱਲੋਂ ਮੈਂ ਸਾਰੇ ਸਰਕਾਰ ਵੱਲੋਂ ਕੋਟੀਆ ਸਾਹਿਬ ਨੂੰ ਜੀਆਂ ਧੰਨਵਾਦ ਕਰਦਾ। ਦੋਨੇ ਥਾਵਾਂ ਖੜੀਆਂ ਕਰਕੇ ਦੋ ਨਾਰੇ ਲਾ ਦਿਓ ਤਾਂ ਕਿ ਕੋਟੀਆ ਸਾਹਿਬ ਦਾ ਆਪਾਂ ਸਤਿਕਾਰ ਕਰੀਏ। ਕਾਫੀ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ, ਦੋਨੇ ਥਾਵਾਂ ਖੜੀਆਂ ਕਰਕੇ ਦੋ ਨਾਰੇ ਲਾ ਦਿਓ ਕਿ ਸਾਰਿਆਂ ਦਾ ਮਾਣ ਸਤਿਕਾਰ ਹੈ। ਆਮ ਆਦਮੀ ਪਾਰਟੀ ਸਰਦਾਰ ਗੁਰਮੀਤ ਸਿੰਘ ਖੁੱਟਗਾ ਜਿੰਦਾਬਾਦ, ਸਰਦਾਰ ਗੁਰਮੀਤ ਸਿੰਘ ਖੁੱਟਗਾ ਜਿੰਦਾਬਾਦ, ਡਾਕਟਰ ਵਿਜੇ ਸਿੰਗਲਾ ਜਿੰਦਾਬਾਦ ਜਿੰਦਾਬਾਦ, ਡਾਕਟਰ ਵਿਜੇ ਸਿੰਗਲਾ ਜਿੰਦਾਬਾਦ ਜਿੰਦਾਬਾਦ। ਸਰ ਮੰਤਰੀ ਸਾਹਿਬ ਸਾਰਿਆਂ ਨੂੰ ਬੇਨਤੀ, ਇੱਧਰ ਵੀ ਆ ਜੀ ਨਹੀਂ ਰਹੀ ਸਰ। ਸੋ ਸਾਰੇ ਲੀਡਰਸ਼ਿਪ ਜਿਹੜੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਵੇਟ ਕਰ ਰਹੇ ਸੀ, ਹੁਣ ਸਾਡੇ ਵਿੱਚ ਬਿਰਾਜਮਾਨ ਹੋ ਚੁੱਕੀ ਹੈ, ਤੁਹਾਡਾ ਸਾਰਿਆਂ ਦਾ ਧੰਨਵਾਦ। ਜਿੱਥੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਤੁਸੀਂ ਬੈਠੇ ਸੀ, ਸੋ ਸਾਡੇ ਵਿਚਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਦਰਮੇਸ਼ ਬਠਿੰਡਾ ਲੋਕ ਸਭਾ ਦੇ ਕੈਂਡੀਡੇਟ ਸਰਦਾਰ ਗੁਰਮੀਤ ਸਿੰਘ ਜੀ ਖੁੱਟਗਾ, ਕੈਬਨਿਟ ਮੰਤਰੀ ਪੰਜਾਬ ਸਾਡੇ ਵਿੱਚ ਪਹੁੰਚੇ ਹੋਏ ਨੇ। ਸੋ ਇੱਥੋਂ ਦੇ ਨਗਰ ਵੱਲੋਂ ਸਾਰੀ ਉੱਥੋਂ ਦੀ ਹੀਰੋ ਦੀ ਟੀਮ ਵੱਲੋਂ, ਸੋਨੀ ਵੀਰ ਹੋਰਾਂ ਵੱਲੋਂ, ਸਿੰਘ ਭਾਈ ਹੋਰਾਂ ਵੱਲੋਂ ਮੰਤਰੀ ਸਾਹਿਬ ਨੂੰ ਜੀ ਆਇਆਂ ਧੰਨਵਾਦ ਰੱਖਦੇ ਹਾਂ, ਜਿਹੜੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਨਾਲ ਇੰਤਜ਼ਾਰ ਕਰ ਰਹੇ ਸਰ। ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ, ਜਿਹਨੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਪਹੁੰਚੇ ਹੋ। ਬੋਲੋ ਨਿਹਾਲ ਸਾਰੀ ਸਟੇਜ ਤੇ ਜਿੰਨੇ ਤੁਸੀਂ ਲੀਡਰਸ਼ਿਪ ਸਾਰੀ ਬੈਠੀ ਹੈ, ਸਾਰਿਆਂ ਨੂੰ ਮੈਂ ਜੀਆਂ ਧੰਨਵਾਦ। ਤੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਬੈਠਣ ਦੀ ਕਿਰਪਾਲਤਾ ਕਰੋ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਅਸੀਂ ਮੰਤਰੀ ਸਾਹਿਬ ਦੀ ਵੇਟ ਕਰ ਰਹੇ ਸੀ, ਅੱਜ ਸਾਡੇ ਵਿੱਚ ਬਿਰਾਜਮਾਨ ਹੋ ਚੁੱਕੇ ਨੇ। ਆਪਾਂ ਸਾਰਿਆਂ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ, ਸਾਰਿਆਂ ਨਾਲ ਉਹਨਾਂ ਦਾ ਪਿਆਰ ਸਤਿਕਾਰ ਕਰਨਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਮਾਨ ਹਲਕੇ ਦੇ ਐਮਐਲਏ ਡਾਕਟਰ ਵਿਜੇ ਸਿੰਗਲਾ ਜੀ, ਸਰਦਾਰ ਗੁਰਮੀਤ ਸਿੰਘ ਜੀ ਖੁੱਟਗਾ ਸਾਹਿਬ, ਬੜੇ ਕਾਲ ਤੋਂ ਬੇਨਤੀ ਜੀ, ਆਪਾਂ ਨੂੰ ਆਪਣੇ ਦਰਬਾਰ ਮੰਤਰੀ ਸਾਹਿਬ ਪਹੁੰਚ ਚੁੱਕੇ ਨੇ। ਹੁਣ ਜਿਹੜਾ ਸੋਨੀ ਬਾਈ ਸੋਨੀ ਵੀਰ ਦਾ ਜਿਹੜਾ ਜੋਰਦਾਰ ਹੈ, ਉਹ ਬਹੁਤ ਵੱਡਾ ਪਾਰਟੀ ਦਾ ਜੀ, ਬਾਈ ਕੁਲਦੀਪ ਜੀ ਦਾ, ਲੱਖੀ ਟਿੱਪਾ ਜੀ, ਬੱਬੂ ਸੰਧੂ ਜੀ, ਦੀਪਾ ਤੋੜਾ ਵਾਲੀਆਂ, ਖੁਰਕਵਾਲ ਤੋੜਾ ਵਾਲੀਆਂ। ਸੋ ਆਮ ਆਦਮੀ ਪਾਰਟੀ ਨੇ ਜਿਹੜੀਆਂ ਦੋ ਸਾਲਾਂ ਦੇ ਵਿੱਚ ਲੋਕਾਂ ਲਈ ਉਦਾਹਰਣਾਂ ਬਣੀਆਂ ਨੇ, ਐਗਜਾਂਪਲਾਂ ਬਣੀਆਂ ਨੇ, ਜੋ ਕਿ 70 ਸਾਲਾਂ ਦੇ ਵਿੱਚ ਨਹੀਂ ਬਣੀਆਂ ਸਰ। ਮੁਹੱਲਾ ਕਲੀਨਿਕ ਖੋਲ੍ਹੇ ਗਏ, ਖੇਤਾਂ ਵਿੱਚ ਪਾਣੀ ਦਾ ਪ੍ਰਬੰਧ ਕੀਤਾ ਗਿਆ, ਫਿਰ ਤੋਂ ਬਿਜਲੀ ਸ਼ੁੱਲਕ ਮਾਫ਼ ਕੀਤੀ ਗਈ। ਮੇਰੀ 48 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਇੱਕ ਗਰੀਬ ਧੀ ਘਰ ਦੀ ਧੀ ਆਪਣੇ ਹੋਰ ਲੱਗਾਂ ਦੀ ਮੁੰਡਾ ਤੇ ਖੀਵਾ ਕਰ ਦਿੱਤੀ, ਜੋ ਕਿ ਜੱਜ ਬਣੀਆਂ। ਬਹੁਤ ਟਾਈਮ ਤੋਂ ਪੂਰੇ ਖੜੇ ਪਹੁੰਚੀਆਂ, ਜਿਨ੍ਹਾਂ ਦਾ ਕਿਸੇ ਟਾਈਮ ਕੋਈ ਵੀ ਖਤਰਾ ਪੈਦਾ ਕਰ ਸਕਦੇ ਸਨ, ਉਹਨਾਂ ਨੂੰ ਨਵੇਂ ਬਣਾਇਆ ਗਿਆ। ਲੌਂਗੋਵਾਲ ਤੋਂ ਲੈ ਕੇ ਧਰਮਗੜ ਤੱਕ ਸੜਕਾਂ ਬਣਾਈ ਗਈ, ਜਿਹਨਾਂ ਬਹੁਤ ਜਲਦੀ ਕੰਮ ਕਰਾਇਆ ਜਾ ਰਿਹਾ। ਹੈਲੋ, ਸੋ ਬਹੁਤ ਹੀ ਸਤਿਕਾਰਯੋਗ, ਕਾਫੀ ਲੰਬੇ ਸਮੇਂ ਤੋਂ ਜਿੰਨਾ ਤੁਸੀਂ ਇੰਤਜ਼ਾਰ ਕਰ ਰਹੇ ਸੀ ਸਾਡੇ ਲੋਕ ਸਭਾ ਹਲਕਾ
ਉਮੀਦਵਾਰ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ, ਉਹਨਾਂ ਦੇ ਨਾਲ ਹੀ ਹਲਕੇ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਜੀ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਪਹੁੰਚ ਚੁੱਕੀ ਹੈ ਜੀ। ਅਤੇ ਦੋ ਆਪਾਂ ਨਾਅਰੇ ਲਾ ਕੇ ਥੋੜ੍ਹਾ ਮਾਹੌਲ ਨੂੰ ਆਪਾਂ ਗਰਮ ਕਰਨਾਗਾ। ਸੋ ਬੇਨਤੀ ਹੋਈ ਹੈ ਜੀ 2 ਮਿੰਟ ਸਟੇਜ 'ਤੇ ਆਉਣ ਦੇ ਲਈ ਮੈਨੂੰ। ਸੋ ਦੋਨੇ ਹੱਥ ਖੜੇ ਕਰਕੇ ਪੂਰੇ ਜੋਰ ਸ਼ੋਰ ਨਾਲ ਆਪਾਂ ਨਾਅਰੇ ਲਾਉਂਦੇ ਹਾਂ ਜੀ, ਆਮ ਆਦਮੀ ਪਾਰਟੀ ਭਗਵੰਤ ਮਾਨ ਸਾਡੇ ਦਰਬਾਰ ਡਾਕਟਰ ਸੁਰਜੀਤ ਸਿੰਘ ਪਹੁੰਚੇ ਨੇ, ਇਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦਾ ਜੀ ਸਾਡੇ ਛੋਟਾ ਵੀਰ ਜਸਵਿੰਦਰ ਸਿੰਘ ਜੀ ਚਹਿਲ ਸਾਹਿਬ, ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਜਸਵਿੰਦਰ ਸਿੰਘ ਜੀ ਚਹਿਲ ਸਾਹਿਬ ਬਾਈ ਸੋਨੀ ਵੀਰ ਜੀ ਨੂੰ ਬੇਨਤੀ ਹੈ ਕਿ 2 ਮਿੰਟ ਆ ਕੇ ਸਟੇਜ 'ਤੇ ਪਲੀਜ਼ 2 ਸ਼ਬਦ ਸਾਂਝੇ ਕਰਨਗੇ। ਬਾਈ ਸੋਨੀ ਜੀ ਸਟੇਜ 'ਤੇ ਵਿਰਾਜਮਾਨ, ਵੀਰ ਕਲਾਂ ਡੇਰੇ ਦੇ ਬਾਬਾ ਨਾਥਾਂ ਜੀ ਦੇ ਖੁਸ਼ੀ ਨਾਥ ਜੀ, ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਅਤੇ ਸਾਡੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ, ਉਹਨਾਂ ਦੇ ਨਾਲ MLA ਡਾਕਟਰ ਵਿਜੇ ਸਾਹਿਬ, ਗੁਰਪ੍ਰੀਤ ਭੁੱਚਰ ਸਾਹਿਬ, ਜ਼ਿਲ੍ਹਾ ਪ੍ਰਧਾਨ ਅਕਾਲੀ ਸਾਹਿਬ, ਅਤੇ ਬਹੁਤ ਸਤਿਕਾਰਯੋਗ ਸਾਡਾ ਛੋਟਾ ਵੀਰ ਕੁਲਦੀਪ ਚੀਮਾ ਜੀ, ਜਿੰਨੇ ਵੀ ਸਟੇਜ 'ਤੇ ਅਹੁਦੇਦਾਰ ਸਹਿਬਾਨ, ਪੰਚ, ਸਰਪੰਚ, ਵੱਖ ਵੱਖ ਅਹੁਦਿਆਂ 'ਤੇ ਵਿਰਾਜਮਾਨ ਸਾਥੀ ਬੈਠੇ ਨੇ, ਅਤੇ ਮੇਰੇ ਸਾਹਮਣੇ ਬਜ਼ੁਰਗ ਮਾਵਾਂ, ਵੀਰ ਭੈਣਾਂ, ਜੋ ਵੀ ਵਲੰਟੀਅਰ ਇੱਥੇ ਅੱਜ ਲਈ ਸਿਖਰਾਂ ਦੀ ਅੱਧ ਦੀ ਗਰਮੀ 'ਚ ਚੱਲ ਕੇ ਆਇਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਅਤੇ ਤੁਹਾਡੇ ਨਾਲ ਫਤਿਹ ਸਾਂਝੀ ਕਰਦਾਗਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਸਾਥੀਓ, ਗਰਮੀ ਬਹੁਤ ਆ, ਪਹਿਲੀ ਗੱਲ ਤਾਂ ਤੁਸੀਂ ਇੰਨੀ ਸ਼ਿੱਦਤ ਦੇ ਨਾਲ 2 ਘੰਟੇ ਦੀ ਉਡੀਕ ਕਰ ਰਹੇ ਹੋ, ਇਹ ਗੱਲ ਕਲੀਅਰ ਹੋ ਗਈ ਖੁੱਡੀਆਂ ਸਾਹਿਬ। ਇਹ ਉਹ ਧਰਤੀ ਦੇ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਬੀਬਾ ਬਾਦਲ ਨੂੰ ਆਹ ਪਿੰਡ ਚੋਂ ਤਕੜਾ ਕਰਕੇ ਤੋਰਿਆ ਸੀਗਾ। ਇਹ ਹੀਰੋ ਕਲਾਂ ਦੀ ਧਰਤੀ ਕਦੇ ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਸੀ, ਪਰ ਅੱਜ ਆ ਵੇਖ ਕੇ, ਮੈਨੂੰ ਆ ਇਕੱਠ ਵੇਖ ਕੇ ਤੇ ਆ ਸਿੱਧਤ ਵੇਖ ਕੇ ਲੱਗਦਾ ਕਿ ਹੁਣ ਆਪਣੀਆਂ ਚੜ੍ਹਦੀਆਂ ਕਲਾਵਾਂ ਹੋ ਗਈਆਂ ਤੇ ਬੀਬਾ ਮੱਠ ਹੋ ਗਈ, ਇਹ ਹੀਰੋ ਕਲਾਂ ਦੀ ਧਰਤੀ ਤੋਂ ਵਿਕਾਸ ਸ਼ੁਰੂ ਹੋ ਗਿਆ। ਇਸ ਇਕੱਠ ਦੇ ਲਈ ਇੱਕ ਤਾੜੀ ਲਾ ਦੋ ਜ਼ੋਰ ਦਾ, ਕਿਉਂਕਿ ਇਹ ਚਹਿਲਾਂ ਦੇ ਪਿੰਡ ਨੇ, ਹੀਰੋ ਕਲਾਂ ਚਹਿਲਾਂ ਦਾ ਪਿੰਡ ਆ, ਤੇ ਸਾਡੀ ਇੱਥੇ ਪੁਰਾਣੀ ਸਾਂਝ ਆ, ਸਾਡਾ ਆਉਣਾ ਜਾਣਾ ਭੋਪਾਲ ਪਿੰਡ ਹੋਣ ਕਰਕੇ ਇਹ ਸਾਰਾ ਪਿੰਡ ਬਾਬਾ ਰਾਮ ਚੌਂਕੀ ਪੀਰ ਮੱਥਾ ਟੇਕਣ ਜਾਂਦਾ, ਤਾਂ ਸਾਡੀਆਂ ਰਿਸ਼ਤੇਦਾਰੀਆਂ ਮਿੱਤਰਤਾ ਇੰਨੀਆਂ ਕਿ ਇੱਥੋਂ ਪਤਾ ਲੱਗਦਾ ਜਿਹੜਾ ਪਿੰਡ ਜਿੱਧਰੇ ਚੱਲ ਪਿਆ ਉਹ ਪਾਉ ਮਾਰਾ ਕਰ ਦਿੰਦੇ ਨੇ। ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਿਰਫ ਇੰਨਾ ਕਹਿਣਾ ਚਾਹੂੰਗਾ ਕਿ ਇਸ ਪਿੰਡ ਦੇ ਵਿੱਚ ਜਦ ਮੈਂ ਪਹਿਲੇ ਵਾਰ ਆਇਆ ਸੀ, ਗੱਲ ਸੁਣਨ ਵਾਲੀ ਆ, ਇੱਥੋਂ ਦਾ ਇੱਕ ਬਲਾਕ ਸੰਮਤੀ ਮੈਂਬਰ ਨਿਰਭੈ ਜਿਤਾ ਕੇ ਭੇਜਿਆ ਸੀ, ਸ਼ਾਇਦ 2 ਬਲਾਕ ਸੰਮਤੀ ਮੈਂਬਰ ਹੀ ਜਿੱਤੇ ਸੀ ਉਸ ਟਾਈਮ, ਕਾਂਗਰਸ ਦਾ ਰਾਜ ਸੀਗਾ, ਇੱਕ ਤਾਂ ਮੋਹਨ ਸਿੰਘ ਵਾਲੇ ਤੋਂ ਬਾਬਾ ਕੁੰਦਨ ਤੇ ਇੱਕ ਨਿਰਭੈ। ਸੋ ਬਲਾਕ ਸੰਮਤੀ ਭੀਖੀ ਅਸੀਂ ਜਦੋਂ ਆਏ ਵੋਟਾਂ ਮੰਗਣ ਤਾਂ ਸਾਡੇ ਕਈ ਲੀਡਰ, ਨਾਮ ਲੱਗ ਕੇ ਨਹੀਂ ਕਹਿੰਦਾ, ਕਾਂਗਰਸ ਦੇ ਵੱਡੇ ਲੀਡਰ ਸੀ ਉਸ ਟਾਈਮ, ਉਹ ਨਿਰਭੈ ਕੋਲ ਚੱਲ ਕੇ ਆ ਗਏ, ਕਹਿੰਦੇ ਨਿਰਭੈ ਸਿਆ ਆ ਤੇਰਾ ਘਰ ਜਾ, ਤੇਰਾ ਪਰਿਵਾਰ, ਪਾਰਟੀ ਨੇ ਤੈਨੂੰ ਕੀ ਦੇਣਾ, ਤੂੰ ਸਾਡੇ ਤੋਂ 10 ਲੱਖ ਰੁਪਇਆ ਚੱਕ ਤੇ ਸਾਨੂੰ ਵੋਟ ਪਾ।
ਜਿਉਂਦਾ ਗਾ ਇਸ ਟਾਈਮ ਸਾਰੇ ਉਹ ਲੀਡਰ ਵੀ ਜਿਉਂਦਾ ਤੇ ਮੈਂ ਵੀ ਅੱਜ ਪਰਮਾਤਮਾ ਨੂੰ ਜਾਣ ਦੇਣੀ ਹੈ ਗੱਲ ਤੁਹਾਨੂੰ ਕਹਿਣ ਲੱਗਿਆ ਉਹ ਬੈਠਾ ਨਿਰਭੈ ਸਿੰਘ 10 ਲੱਖ ਦੇ ਲੱਤ ਮਾਰ ਕੇ ਕਹਿੰਦਾ ਕਹਿੰਦਾ ਪਿੰਡ ਲਈ ਕੀ ਦਿੰਦੇ ਹੋ ਉਹ ਦੱਸੋ ਮੈਨੂੰ ਮੈਨੂੰ ਮੈਂ ਬਿਨਾਂ ਸ਼ੱਕ ਤੋਂ ਰਹਿਜੂੰਗਾ ਬਿਨਾਂ ਦੁੱਧ ਤੋਂ ਰਹਿਜੂੰਗਾ ਜਵਾਕ ਭੁੱਖੇ ਮਾਰ ਲੂੰਗਾ ਪਰ ਭਗਵੰਤ ਮਾਨ ਦੀ ਇੱਜ਼ਤ ਤੇ ਉਹਦੇ ਕੱਪੜਿਆਂ ਤੇ ਦਾਗ ਨਹੀਂ ਲੱਗਣ ਦਿੰਦਾ ਪਿੰਡ ਦੇ ਵਿੱਚ ਆਰ ਓ ਲਵਾਇਆ ਉਸ ਤੋਂ ਬਾਅਦ ਸਾਨੂੰ ਵੋਟ ਦਿੱਤੀ ਤੇ ਬਾਈ ਦੀ ਮਿਹਰਬਾਨੀ ਸਦਕਾ 40 ਲੱਖ ਦੇ ਆਸ ਪਾਸ ਇਸ ਪਿੰਡ 'ਚ ਅਸੀਂ ਲਾਇਆ 40 ਲੱਖ ਦੇ ਆਸ ਪਾਸ ਚਾਹੇ ਉਹ ਡਿਸਪੈਂਸਰੀ ਹੋਵੇ ਚਾਹੇ ਉਹ ਸਕੂਲ ਦੇ ਵਿੱਚ ਕੰਮ ਹੋਣ ਚਾਹੇ ਉਹ ਮੁੰਡਿਆਂ ਦੀ ਗਰਾਊਂਡ ਬਣਾਉਣ ਦਾ ਕੰਮ ਹੋਵੇ ਕਹਿਣ ਤੋਂ ਭਾਵ ਇਹ ਖੁੱਡੀਆਂ ਸਾਹਿਬ ਉਹ ਧਰਤੀ ਆ ਜਿੱਥੇ ਅਨੇਕਾਂ ਭਲਵਾਨ ਤੁਸੀਂ ਸੁਣਿਆ ਹੋਊਗਾ ਨਾਥਾਂ ਦਾ ਡੇਰਾ ਹੀਰੋ ਕਲਾਂ ਦੇ ਵਿੱਚ ਆ ਖੁਸ਼ੀ ਨਾਥ ਜੀ ਸਾਡੇ ਨਾਲ ਬੈਠੇ ਨੇ ਆਸ਼ੀਰਵਾਦ ਦੇਣ ਲਈ ਇੱਥੋਂ ਅਨੇਕਾਂ ਮੁੰਡੇ ਖੇਡਾਂ ਵੱਲ ਪ੍ਰੇਰਿਤ ਹੁੰਦੇ ਨੇ ਅਨੇਕਾਂ ਮੁੰਡੇ ਅੱਗੇ ਵੱਧਦੇ ਨੇ ਹਰ ਖੇਤਰ ਦੇ ਵਿੱਚ ਸੋ ਇਹ ਕਰਮਾਂ ਵਾਲੀ ਧਰਤੀ ਆ ਇਸ ਤੋਂ ਬਾਅਦ ਸਿਰਫ ਇੰਨਾ ਹੀ ਕਹਿਣਾ ਕਿ ਤੁਸੀਂ ਸਾਰੇ ਇੱਕ ਬੇਦਾਗ ਇਨਸਾਨ ਗੁਰਮੀਤ ਸਿੰਘ ਖੁੱਡੀਆਂ ਨੂੰ ਇੱਕ ਉਸ ਪਰਿਵਾਰ ਦੀ ਮਦਦ ਕਰਨ ਲੱਗੇ ਹੋ ਜਿਸ ਵੱਲ ਕੋਈ ਉਂਗਲ ਨਹੀਂ ਕਰ ਸਕਦਾ ਇੱਕ ਉਂਗਲ ਤੇ ਜਿਹੜੇ ਹੋਰ ਲੀਡਰ ਨੇ ਜਿਨ੍ਹਾਂ ਨੂੰ ਆਪਾਂ 15 ਸਾਲ ਸੰਸਦ 'ਚ ਭੇਜਿਆ ਉਹਨਾਂ ਕੰਨੀ ਤੁਹਾਨੂੰ ਇੱਕ ਉਂਗਲ ਤਾਂ ਛੱਡੋ ਹਜ਼ਾਰਾਂ ਹੱਥ ਹੁੰਦੇ ਨੇ ਹੱਥ ਉਹਨਾਂ ਮਾਵਾਂ ਦੇ ਜਿਨ੍ਹਾਂ ਦੇ ਪੁੱਤ ਚਿੱਟਿਆਂ ਦੇ ਨਾਲ ਮਰ ਗਏ ਉਹਨਾਂ ਮਾਵਾਂ ਦੇ ਜਿਨ੍ਹਾਂ ਦੇ ਮੁੰਡ ਗੋਲੀਬਾਰੀ 'ਚ ਮਰ ਗਏ ਕੈਸਲਵਾਦ 'ਚ ਉਹਨਾਂ ਮਾਵਾਂ ਦੇ ਜਿਨ੍ਹਾਂ ਦੇ ਪੁੱਤ ਉਹਨਾਂ ਪਿਓਾਂ ਦੇ ਜਿਨ੍ਹਾਂ ਦੇ ਪੁੱਤ ਬੇਰੁਜ਼ਗਾਰ ਹੋ ਕੇ ਮਰ ਗਏ ਇਹ 70 ਸਾਲਾਂ ਦਾ ਕੰਮ ਸਾਡੇ ਤੋਂ 2 ਸਾਲਾਂ 'ਚ ਪਾਲਦੇ ਨੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਸੀਂ 70 ਸਾਲਾਂ 'ਚ ਕੀ ਕੀਤਾ ਅਸੀਂ 2 ਸਾਲਾਂ 'ਚ ਉਹ ਕੀਤਾ ਜੋ ਤੁਸੀਂ 70 ਸਾਲਾਂ 'ਚ ਨਹੀਂ ਕਰ ਸਕੇ ਜੇ ਮੈਂ ਕੰਮ ਗਿਣਾਉਣ ਲੱਗ ਜਾ ਕਿਸਾਨਾਂ ਦਾ ਪੜ੍ਹਾਈ ਦਾ ਐਜੂਕੇਸ਼ਨ ਦਾ ਜੋ ਭਗਵੰਤ ਮਾਨ ਸਾਹਿਬ ਨੇ ਕੀਤਾ ਉਹ 2 ਸਾਲਾਂ 'ਚ ਹੋਰ ਕੋਈ ਨਹੀਂ ਕਰ ਸਕਦਾ ਸੋ ਇੰਨਾ ਚਾਹੁੰਦਾ ਇੰਨਾ ਕਹਿੰਦਾ ਹੋਇਆ ਖੇਮਾ ਦਾ ਜੱਜ ਕਰਦਾਂਗਾ ਤੇ ਮੈਂ ਅਖੀਰ ਦੇ ਵਿੱਚ ਜਿਹੜਾ ਇਹ ਸੋਨੀ ਵੀਰ ਆ ਸਾਡਾ ਭਰਾ ਇੱਕ ਸ਼ਬਦ ਇਹਦੇ ਲਈ ਵੀ ਕਹਿਣਾ ਚਾਹੁੰਗਾ ਇੱਕ ਲੈਣ ਕਿ ਉਹ ਬੰਦਾ ਜਿਹਨੇ ਖੁੱਡੀਆਂ ਸਾਹਿਬ ਆਪਦਾ ਘਰ ਦਾਜ ਤੇ ਲਾ ਕੇ ਲੋਕਾਂ ਦੀ ਸੇਵਾ ਕੀਤੀ ਆ ਚਾਹੇ ਉਹ ਭੀਖੀ ਕਿਸੇ ਕੁੜੀ ਦਾ ਵਿਆਹ ਕਰਨਾ ਹੋਵੇ ਚਾਹੇ ਮੱਤੀ ਕਰਨਾ ਹੋਵੇ ਚਾਹੇ ਕਿਸੇ ਬੇਸਹਾਰੇ ਨੂੰ ਇਲਾਜ ਦੀ ਲੋੜ ਹੋਵੇ ਸੋਨੀ ਵੀਰ ਭੱਜ ਕੇ ਅੱਗੇ ਖੜ ਜਾਂਦਾ ਇਹਦੇ ਨਾਲ ਕੁਲਦੀਪ ਚੀਮਾ ਕੁਲਦੀਪ ਚੀਮੇ ਨੇ ਸਾਨੂੰ ਤੇ ਸੋਨੀ ਨੂੰ ਤੁਹਾਡੀ ਝੋਲੀ ਪਾਇਆ ਆਮ ਆਦਮੀ ਪਾਰਟੀ ਦੀ ਝੋਲੀ ਪਾਇਆ ਸੋ ਇੰਨਾ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਕੜੇ ਹੋ ਕੇ ਆਪਾਂ ਇਹਨਾਂ ਤੋਂ ਸਰਪੰਚੀਆਂ ਪੰਚੀਆਂ ਜ਼ਿਲ੍ਹਾ ਪਰਿਸ਼ਦ ਖੋਣੀਆਂ ਨੇ ਜਿਨ੍ਹਾਂ ਤੇ ਕਬਜ਼ੇ ਕਰੀ ਬੈਠੇ ਨੇ ਤੁਸੀਂ ਖੁੱਡੀਆਂ ਸਾਹਿਬ ਨੂੰ ਕਾਮਯਾਬ ਕਰ ਦਿਓ ਤੁਹਾਡੀ ਜ਼ਿੰਮੇਵਾਰੀ ਸਾਡੀ ਸਾਰੀ ਲੀਡਰਸ਼ਿਪ ਦੀ ਤੁਹਾਡੀ ਪਿੱਠ ਨਹੀਂ ਲੱਗਣ ਦਿੰਦੇ ਕਿਸੇ ਹਾਲਤ 'ਚ ਵੀ ਸੋ ਤੁਸੀਂ ਆਏ ਧੰਨਵਾਦ ਇਸੇ ਤਰ੍ਹਾਂ ਚੜ੍ਹਦੀਆਂ ਕਲਾਮਾਂ 'ਚ ਰਹੋ ਖੁੱਡੀਆਂ ਸਾਹਿਬ ਨੂੰ ਜਿੱਥੇ ਆ ਕੇ ਆਪਾਂ ਸੰਸਦ ਭੇਜੀਏ ਅਤੇ ਪਿੰਡਾਂ ਦੇ ਕੰਮ ਕਰਵਾਈਏ ਸੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵੀਰ ਜਸਪਿੰਦਰ ਜੀ ਦਾ ਜਿਨ੍ਹਾਂ ਨੇ ਸ਼ਬਦ ਤੁਹਾਡੇ ਆਪਣੇ ਨਾਲ ਸਾਂਝੇ ਕੀਤੇ ਅਤੇ ਆਹ ਨੌਜਵਾਨ ਉਹ ਵੀਰ ਆ ਨੌਜਵਾਨ ਦਿਲਾਂ ਦੀ ਧੜਕਣ ਸਾਡਾ ਸੋਨੀ ਵੀਰ ਆ ਜਿਹਨੇ ਇੰਨਾ ਵਧੀਆ ਪ੍ਰੋਗਰਾਮ ਕੀਤਾ ਸੋਚ ਹੀ ਨਹੀਂ ਸਕਦੇ ਸੀ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਭਰਾ ਵਾਸਤੇ ਜਿਹੜਾ ਪਿਆਰ ਸਤਿਕਾਰ ਇਹਨਾਂ ਦਾ ਸੋ ਮੈਂ ਵੀਰ ਨੂੰ ਕਹੂੰਗਾ ਦੋ ਸ਼ਬਦ ਆਪਣੇ ਨਾਲ ਖੁੱਡੀਆਂ ਸਾਹਿਬ ਮੰਤਰੀ ਸਾਹਿਬ ਨੇ ਸਾਂਝੇ ਕਰਨਗੇ ਸੋਨੀ ਵੀਰ ਜੀ ਸਾਡੇ ਆਪਣੇ ਗੁਰੂਆਂ ਵੱਲੋਂ ਬਖਸ਼ੀ ਹੋਈ ਫਤਿਹ ਸਭ ਤੋਂ ਪਹਿਲਾਂ ਜਕਾਰਾ ਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਖੁੱਡੀਆਂ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਲਈ ਪੂਰੇ ਖਿੱਚ ਦੇ ਟਾਈਮ ਦੇ ਵਿੱਚ ਸਾਨੂੰ ਟਾਈਮ ਦਿੱਤਾ ਉਸ ਤੋਂ ਬਾਅਦ ਧੰਨਵਾਦ ਕਰਦਾ ਸਾਰੀ ਲੀਡਰ ਜੀ ਦਾ ਤੇ ਬਾਬਾ ਖੁਸ਼ੀਨਾਥ ਜੀ ਦਾ ਜਿਨ੍ਹਾਂ ਨੇ ਹਰ ਇੱਕ ਥਾਂ ਤੇ ਆ ਕੇ ਮੇਰਾ ਸਾਥ ਦਿੱਤਾ ਇਸ ਪ੍ਰੋਗਰਾਮ ਬਣਾਉਣ ਦੇ ਵਿੱਚ ਵੀ ਮੇਰੇ ਨਾਲ ਮੇਰੇ ਗੁਰੂ ਬਾਬਾ ਖੁਸ਼ੀਨਾਥ ਜੀ ਖੜੇ
ਤੇ ਜਿਹੜਾ ਪ੍ਰੋਗਰਾਮ ਹੈ ਉਹ ਸਫਲ ਹੋਇਆ। ਬੁਨੀਆ ਸਾਹਿਬ ਨੂੰ ਮੈਂ ਇੱਕੋ ਹੀ ਬੇਨਤੀ ਕਰਦਾ, ਮੈਂ ਆਪਦੇ ਪਿੰਡ ਦੇ ਲਈ ਖੜਦਾ, ਆਹ ਮੇਰੀਆਂ ਮਾਈਆਂ ਬੈਠੀਆਂ ਨੇ, ਮੈਂ ਇੱਕੋ ਹੀ ਚੀਜ਼ ਚਾਹੁੰਦਾ ਕਿ ਮੇਰੇ ਪਿੰਡ ਦੇ ਵਿੱਚ ਐਸਾ ਕੋਈ ਘਰ ਨਾ ਹੋਵੇ ਜਿਹਦੀ ਸੱਪ ਚੋਂਦੀ ਹੋਵੇ, ਮੇਰੇ ਪਿੰਡ ਦੇ ਵਿੱਚ ਐਸਾ ਕੋਈ ਮਰੀਜ਼ ਨਾ ਹੋਵੇ ਜਿਹੜਾ ਬਿਮਾਰੀ ਨਾਲ ਮਰੇ, ਮੈਂ ਇੱਕੋ ਹੀ ਚੀਜ਼ ਚਾਹੁੰਦਾ ਮੇਰੇ ਪਿੰਡ ਦੇ ਵਿੱਚ ਅੱਜ ਤੱਕ ਸਾਰੇ ਘਰ ਨਹੀਂ ਬਣੇ, ਮੇਰੇ ਪਿੰਡ ਵਿੱਚ ਕਦੇ ਵੀ ਲੋੜਵੰਦ ਦਾ ਗਰੀਬਾਂ ਦਾ ਕੋਈ ਭਲਾ ਨਹੀਂ ਹੋਇਆ, ਮੇਰੇ ਪਿੰਡ ਦੇ ਵਿੱਚ ਇੱਕੋ ਹੀ ਚੀਜ਼ ਬਣਦੀ ਹੈ ਜਦੋਂ ਵੋਟਾਂ ਆ ਜਾਂਦੀਆਂ ਨੇ, ਗਲੀਆਂ ਪੱਕੀਆਂ ਹੋ ਜਾਂਦੀਆਂ ਨੇ ਉਹ ਵੀ ਟਾਵੀਆਂ ਟਾਵੀਆਂ, ਨਾਲੀਆਂ ਪੱਕੀਆਂ ਹੋ ਜਾਂਦੀਆਂ ਨੇ ਉਹ ਵੀ ਟਾਵੀਆਂ ਟਾਵੀਆਂ, ਮੈਂ ਕਹਿੰਦਾ ਕਿ ਇੱਕ ਇਮਾਨਦਾਰ ਸਰਕਾਰ ਦੇ ਨਾਲ ਜੁੜਿਆ, ਇਮਾਨਦਾਰ ਸਰਕਾਰ ਕਹਿ ਲਈਏ ਨੂੰ ਕਹੇ ਚਾਹੇ ਆਮ ਆਦਮੀ ਪਾਰਟੀ ਕਹਿ ਲਈਏ ਕੋਈ ਫਰਕ ਨਹੀਂ, ਕਿਉਂਕਿ ਹੁਣ ਤੱਕ ਕੋਈ ਦਾਗ ਨਹੀਂ। ਮੈਂ ਬੁਨੀਆ ਸਾਹਿਬ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਜਦੋਂ 3 ਸਾਲਾਂ ਬਾਅਦ ਅਸੀਂ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਵਾਸਤੇ ਤੇ ਸਾਨੂੰ ਜ਼ੋਰ ਨਾ ਲਾਉਣਾ ਪਵੇ, ਸਾਨੂੰ ਮਿਹਨਤ ਨਾ ਕਰਨੀ ਪਵੇ, ਲੋਕ ਸਾਨੂੰ ਕਹਿਣ ਤੁਹਾਡੀ ਸਰਕਾਰ ਨੇ ਸਾਡੇ ਕੰਮ ਕਰੇ ਨੇ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ। ਮੇਰੇ ਪਿੰਡ ਦੇ ਵਿੱਚ ਹਰ ਇੱਕ ਗਰੀਬ ਦਾ ਘਰ ਬਣੇ, ਮੇਰੇ ਪਿੰਡ ਦੇ ਵਿੱਚ ਕੋਈ ਬਿਮਾਰੀ ਨਾਲ ਨਾ ਜੂਝੇ, ਜਿੰਨੀਆਂ ਗਲੀਆਂ ਨਾਲੀਆਂ ਨੇ ਤਾਂ ਪੱਕੀਆਂ ਪਹਿਲਾਂ ਤੋਂ ਵੀ ਹੁੰਦੀਆਂ ਨੇ ਦੁਬਾਰੇ ਵੀ ਹੋ ਜਾਣਗੀਆਂ, ਮੈਂ ਚਾਹੁੰਦਾ ਕਿ ਮੇਰੇ ਪਿੰਡ ਦੇ ਵਿੱਚ ਹਰ ਕੋਈ ਸੱਪ ਥੱਲੇ ਸੌਵੇ। ਹੁਣ ਤੱਕ ਜਿੰਨੇ ਪਰਿਵਾਰ ਨੇ ਜਦੋਂ ਮੀਂਹ ਆਉਂਦਾ ਸੀ ਕਿਸੇ ਘਰੇ ਸੌਂਦੇ ਸੀ, ਮੈਂ ਉਹਦੇ ਕੋਲ ਉਹਨਾਂ ਦੇ ਘਰ ਬਣਾਏ, ਜਿੰਨੇ ਜੇ ਕੋਈ ਲੋੜਵੰਦ ਪਰਿਵਾਰ ਮੇਰੇ ਕੋਲ ਆਇਆ ਤੇ ਮੇਰੀ ਕੁੜੀ ਦਾ ਵਿਆਹ, ਮੈਂ ਉਹਦੇ ਆਪਦੇ ਵੱਲੋਂ ਹੈਲਪ ਕੀਤੀ। ਅੱਜ ਤੱਕ ਕਦੇ ਵੀ ਕਿਸੇ ਵੀ ਪਰਿਵਾਰ ਵੱਲੋਂ ਮੈਂ ਕਦੇ ਨਹੀਂ ਭੱਜਿਆ, ਬੇਸ਼ੱਕ ਜਿੰਨੇ ਵੀ ਪੈਸਿਆਂ ਦੀ ਲੋੜ ਹੁੰਦੀ ਮੈਂ ਉਹਦੇ ਪੱਲੇ ਦਿੱਤੇ। ਪਰ ਅੱਜ ਮੈਂ ਮੇਰੇ ਪਿੰਡ ਨੂੰ ਬੇਨਤੀ ਕਰਨਾ ਚਾਹੁੰਦਾ, ਮੈਂ ਤੁਹਾਡੇ ਤੋਂ ਪਹਿਲੀ ਵਾਰ ਇੱਕ ਇਮਾਨਦਾਰ ਪਾਰਟੀ ਵਾਸਤੇ ਵੋਟ ਮੰਗਦਾ, ਕੁੜੀਆਂ ਸਾਹਿਬ ਵਾਸਤੇ ਵੋਟ ਮੰਗਦਾ, ਕੱਲੀ ਕੱਲੀ ਵੋਟ ਮੇਰੇ ਕਰਕੇ ਕੁੜੀਆਂ ਸਾਹਿਬ ਨੂੰ ਪਾਓ, ਜਿੰਨੇ ਤੁਹਾਡੇ ਨਾਲ ਮੈਂ ਵਾਅਦੇ ਕਰੂੰਗਾ ਬੇਸ਼ੱਕ ਮੈਨੂੰ ਪੱਲੋਂ ਦੇਣੇ ਪੈਣ, ਹਰ ਇੱਕ ਵਾਅਦਾ ਸੱਚਾ ਹੋਊਗਾ, ਹਰ ਇੱਕ ਵਾਅਦਾ ਸੱਚਾ ਹੋਊਗਾ। ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ। ਤੇ ਮੈਂ ਗੁੜੀਆ ਸਾਹਿਬ ਨੂੰ ਯਕੀਨ ਵੀ ਦਵਾਉਣਾ ਕਿਉਂਕਿ ਮੇਰੇ ਇੱਕ ਕਹਿਣ ਤੇ ਇੰਨਾ ਇਕੱਠ ਹੋਇਆ, ਮੈਨੂੰ 2-3 ਦਿਨ ਪਹਿਲਾਂ ਹੀ ਟਾਈਮ ਮਿਲਿਆ, ਜੇ ਕਿਤੇ ਮੈਨੂੰ ਮਹੀਨਾ ਟਾਈਮ ਮਿਲਿਆ ਪਹਿਲਾਂ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਸੀ ਕਿ ਪਿੰਡ ਦੀ ਗਲੀ ਕੋਈ ਖਾਲੀ ਰਹਿੰਦੀ, ਕਿਸੇ ਗੱਡੀਆਂ ਦਾ ਕਾਫਲਾ ਨਾ ਹੁੰਦਾ, ਕਿਉਂਕਿ ਹੁਣ ਤੱਕ ਮੈਂ ਗਰੀਬਾਂ ਦੀ ਹੈਲਪ ਕੀਤੀ ਹੈ, ਹਰ ਇੱਕ ਨਾਲ ਖੜਿਆ, ਆਪਦੇ ਪਿੰਡ ਦੇ ਵਿੱਚ ਰਹਿਣ ਵਾਲੇ ਪਿੰਡ ਦੇ ਵਿੱਚ ਰਹਿ ਕੇ ਕੰਮ ਕਰਦਾ, ਸਰਪੰਚ ਦੀ ਚੋਣ ਲੜ ਰਿਹਾ ਤਾਂ ਸਾਰਿਆਂ ਨੂੰ ਪਹਿਲਾਂ ਪੁੱਛੇ ਜੇ ਤੁਸੀਂ ਕਹਿਣੇ ਹੋ ਸਰਪੰਚ ਬਣਾਉਣਾ ਤਾਂ ਮੈਨੂੰ ਬਣਾਓ, ਨਹੀਂ ਮੈਂ ਵੋਟ ਨਹੀਂ ਮੰਗਦਾ, ਜੇ ਤੁਹਾਨੂੰ ਲੱਗਦਾ ਹੈ ਮੈਂ ਤੁਹਾਡੇ ਲਈ ਚੰਗਾ, ਜੇ ਤੁਹਾਨੂੰ ਲੱਗਦਾ ਹੈ ਮੈਂ ਤੁਹਾਡਾ ਕੁਛ ਕਰ ਸਕਦਾ ਤਾਂ ਮੈਨੂੰ ਸਰਪੰਚ ਦੇ ਵਿੱਚ ਖੜਾ ਕਰੋ, ਨਹੀਂ ਤੁਸੀਂ ਮੈਨੂੰ ਕਹਿ ਦਿਓ ਭਾਈ ਅਸੀਂ ਤੈਨੂੰ ਵੋਟ ਨਹੀਂ ਪਾਉਣੀ, ਮੈਂ ਖੜਾ ਨਹੀਂ ਹੁੰਦਾ, ਕਿਉਂਕਿ ਬਹੁਤ ਸੋਹਣਾ ਕੰਮ ਚੱਲਦਾ ਹੈ, ਕਿਉਂਕਿ ਹਰ ਇੱਕ ਚੀਜ਼ ਪੈਸਾ ਜ਼ਰੂਰੀ ਨਹੀਂ ਹੁੰਦਾ, ਪੈਸੇ ਨਾਲ ਖੁਸ਼ੀ ਨਹੀਂ ਮਿਲਦੀ, ਇੱਕ ਆਪਾਂ ਐਸ ਆਰਾਮ ਕਰ ਸਕਦੇ ਹਾਂ, ਵੱਡੀਆਂ ਗੱਡੀਆਂ 'ਚ ਘੁੰਮ ਸਕਦੇ ਹਾਂ, ਪਰ ਜਿਹੜਾ ਲੋਕਾਂ ਦਾ ਪਿਆਰ ਹੈ, ਲੋਕਾਂ ਦਾ ਹੱਲਾਸੇਰੀ ਹੈ, ਉਹ ਲੋਕਾਂ ਦੇ ਕੰਮ ਕਰਕੇ ਮਿਲੂਗੀ, ਲੋਕਾਂ ਦੀ ਹੈਲਪ ਕਰਕੇ ਮਿਲੂਗੀ, ਅਤੇ ਮੈਂ ਕੁੜੀਆ ਸਾਹਿਬ ਨੂੰ ਯਕੀਨ ਦਿਵਾਉਣਾ ਬਹੁਤ ਵੱਡੀ ਲੀਡ ਦੇ ਨਾਲ ਤੁਹਾਨੂੰ ਪਿੰਡ ਦੇ ਵਿੱਚੋਂ ਜਿੱਤਾ ਕੇ ਤੋਰਾਂਗੇ ਅਤੇ ਸਾਰੇ ਬਠਿੰਡੇ ਤੋਂ ਵੱਡੀ ਲੀਡ ਨਾਲ ਤੁਸੀਂ ਜਿੱਤੋਗੇ। ਧੰਨਵਾਦ ਜੀ। ਸੋ ਬਹੁਤ ਧੰਨਵਾਦ ਕਰਦੇ ਹਾਂ ਜੀ ਸੋਨੀ।